ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਜੀਕੇ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਜਿਹੜੇ ਵੀ ਸਟੂਡੈਂਟ FCI ਅਤੇ PPSC ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਜਿਵੇਂ ਜਿਵੇਂ ਤੁਸੀਂ ਕੁਐਸਚਨ ਕਰੋਗੇ ਤੁਹਾਨੂੰ ਆਪਣੀਆਂ ਪਤਾ ਚੱਲੇਗਾ ਕਿ ਇਹ ਵੀਡੀਓ 'ਚ ਕਿੰਨੇ ਇੰਪੋਰਟੈਂਟ ਕੁਐਸਚਨ ਐਡ ਕੀਤੇ ਗਏ ਨੇ ਹਾਂਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਲੈ ਸਕਦੇ ਨੇ ਤੇਸ ਦੇ ਨਾਲ ਹੀ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਜੇਕਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਹਾਂਜੀ ਕੁਐਸ਼ਨ ਨੰਬਰ 1 ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕੌਣ ਹੈ? ਹਾਂਜੀ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ? ਡਾਕਟਰ ਐਮ ਐਸ ਰੰਧਾਵਾ ਨੂੰ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਡਾਕਟਰ ਐਮ ਐਸ ਰੰਧਾਵਾ ਨੂੰ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾਵਾ ਮੰਨਿਆ ਜਾਂਦਾ ਹੈ ਪਰ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜੇ ਕਿ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਪਿਤਾਵਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾਵਾ ਐਮ ਐਸ ਸੁਆਮੀ ਨਾਥਨ ਨੂੰ ਮੰਨਿਆ ਜਾਂਦਾ ਠੀਕ ਹੈ ਐਮ ਐਸ ਸੁਆਮੀ ਨਾਥਨ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ ਹਰੀ ਕ੍ਰਾਂਤੀ ਦੇ ਵਿੱਚ ਕਿਹੜੀਆਂ ਫਸਲਾਂ ਜਿਹੜੀਆਂ ਪ੍ਰਮੁੱਖ ਮੰਨੀਆਂ ਗਈਆਂ ਜਾਂ ਕਿਹੜੀਆਂ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਸਕਦਾ ਕਿ ਹਰੀ ਕ੍ਰਾਂਤੀ ਕਿਹੜੀਆਂ ਫਸਲਾਂ ਲਈ ਪ੍ਰਮੁੱਖ ਮੰਨੀ ਗਈ ਸੀ ਤਾਂ ਹਰੀ ਕ੍ਰਾਂਤੀ ਕਣਕ ਅਤੇ ਝੋਨੇ ਦੇ ਲਈ ਪ੍ਰਮੁੱਖ ਮੰਨੀ ਗਈ ਸੀ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਹਰੀ ਕ੍ਰਾਂਤੀ ਦੇ ਜਨਕ ਕੌਣ ਨੇ ਤਾਂ ਹਰੀ ਕ੍ਰਾਂਤੀ ਦੇ ਜਨਕ ਹੈਗੇ ਆ ਨੋਰਮਲ ਬੋਰਲਾਗ ਠੀਕ ਹੈ ਦੇਖੋ ਇਹਦੇ ਵਿੱਚ ਤਿੰਨ ਕੁਐਸਚਨ ਬਣਦੇ ਆ ਤੇ ਤਿੰਨੋਂ ਹੀ ਇੰਪੋਰਟੈਂਟ ਆ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾਮਾ ਡਾਕਟਰ ਐਮ ਐਸ ਰੰਧਾਵਾ ਨੂੰ ਮੰਨਿਆ ਜਾਂਦਾ ਵਾ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾਮਾ ਸਵਾਮੀ ਐਮ ਐਸ ਸਵਾਮੀ ਨਾਥਨ ਨੂੰ ਮੰਨਿਆ ਜਾਂਦਾ ਹੈ ਅਤੇ ਹਰੀ ਕ੍ਰਾਂਤੀ ਦਾ ਜਨਕ ਨੋਰਮਨ ਬੋਰਲਾਗ ਆ ਠੀਕ ਹੈ ਹੁਣ ਦੇਖੋ ਇੱਕ ਹੁੰਦੀ ਆ ਹਰੀ ਕ੍ਰਾਂਤੀ ਜਿਹੜੀ ਫਸਲਾਂ ਨਾਲ ਰਿਲੇਟਡ ਆ ਤੇ ਇੱਕ ਹੁੰਦੀ ਚਿੱਟੀ ਕ੍ਰਾਂਤੀ ਇਹ ਦੁੱਧ ਨਾਲ ਰਿਲੇਟਡ ਆ ਤੇ ਇੱਕ ਹੁੰਦੀ ਨੀਲੀ ਕ੍ਰਾਂਤੀ ਇਹ ਮੱਛਲੀਆਂ ਦੇ ਨਾਲ ਰੀਲੇਟਡ ਆ ਠੀਕ ਹੈ ਮਛਲੀਆਂ ਦੇ ਉਤਪਾਦਨ ਦੇ ਨਾਲ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 2 ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੇਤੀ ਭਵਨ ਹੈ ਹਾਂਜੀ ਪੰਜਾਬ ਦੇ ਮੋਹਾਲੀ ਦੇ ਵਿੱਚ ਖੇਤੀ ਭਵਨ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਇਸ ਤੋਂ ਇਲਾਵਾ ਮੋਹਾਲੀ ਨੂੰ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਵੀ ਕਿਹਾ ਜਾਂਦਾ ਹੈ ਠੀਕ ਹੈ ਤੇ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਪੰਜਾਬ ਦੇ ਵਿੱਚ ਕੰਪਿਊਟਰ ਕਿੱਥੇ ਬਣਦੇ ਹਨ ਤਾਂ ਪੰਜਾਬ ਦੇ ਵਿੱਚ ਕੰਪਿਊਟਰ ਮੁਹਾਲੀ ਦੇ ਵਿੱਚ ਹੀ ਬਣਦੇ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਲੁਧਿਆਣਾ ਨੂੰ ਪੰਜਾਬ ਦੀ ਰਾਜਧਾਨੀ ਕਿਹਾ ਜਾਂਦਾ ਵਾ ਕਿਹੜੀ ਰਾਜਧਾਨੀ ਕਿਹਾ ਜਾਂਦਾ ਵਾ ਇਹ ਵੀ ਤੁਸੀਂ ਜ਼ਰੂਰ ਦੱਸਣਾ ਹਾਂਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਲੁਧਿਆਣਾ ਨੂੰ ਮੈਂਚੈਸਟਰ ਵੀ ਕਿਹਾ ਜਾਂਦਾ ਹੈ ਤੇ ਲੁਧਿਆਣਾ ਨੂੰ ਉਦਯੋਗਿਕ ਸਿਟੀ ਵੀ ਕਿਹਾ ਜਾਂਦਾ ਹੈ ਆਰਥਿਕ ਸਿਟੀ ਵੀ ਕਿਹਾ ਜਾਂਦਾ ਹੈ ਤੇ ਆਰਥਿਕ ਰਾਜਧਾਨੀ ਵੀ ਕਿਹਾ ਜਾਂਦਾ ਪੰਜਾਬ ਦੀ ਲੁਧਿਆਣਾ ਨੂੰ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸਚਨ ਹੈ ਜੀ ਨਵੇਂ ਪੰਜਾਬ ਦਾ ਗਠਨ ਕਿਹੜੇ ਸਾਲ ਹੋਇਆ ਸੀ ਹਾਂਜੀ ਨਵੇਂ ਪੰਜਾਬ ਦਾ ਗਠਨ 1966 ਦੇ ਵਿੱਚ ਹੋਇਆ ਸੀ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ 1 ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ 1 ਨਵੰਬਰ 1966 ਨੂੰ ਨਵੇਂ ਪੰਜਾਬ ਦਾ ਗਠਨ ਹੋਇਆ ਸੀ ਤੇ 18ਵੀਂ ਮੈਨੇਜਮੈਂਟ ਦੇ ਤਹਿਤ ਪੰਜਾਬ ਦਾ ਗਠਨ ਕੀਤਾ ਗਿਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟ ਕੁਐਸਚਨ ਹਾਂਜੀ ਪੈਪਸੂ ਸਟੇਟ ਨੂੰ ਪੰਜਾਬ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀ ਹਾਂਜੀ ਪੈਪਸੂ ਸਟੇਟ ਬਣੀ ਸੀ ਇੱਕ ਤੇ ਉਸ ਨੂੰ ਪੰਜਾਬ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀਗਾ 1956 ਦੇ ਵਿੱਚ ਕੀਤਾ ਗਿਆ ਸੀ অপਸ਼ਨ ਨੰਬਰ A ਇਸ ザ राइट आंसर ਤੇ ਪੈਪਸੂ ਸਟੇਟ ਦੀਆਂ ਕੁੱਲ 8 ਰਿਆਸਤਾਂ ਸੀਗੀਆਂ ਤੇ ਪੈਪਸੂ ਦੀ ਰਾਜਧਾਨੀ ਪਟਿਆਲਾ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਬਾਬਾ ਬੁੱਢਾ ਜੀ ਸੰਬੰਧੀ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਸਹੀ ਆ ਹਾਂਜੀ ਬਾਬਾ ਬੁੱਢਾ ਜੀ ਸਵੰਦੀ ਇਹਨਾਂ ਦੇ ਵਿੱਚੋਂ ਦੇਖੋ ਕਥਨ ਸਭ ਤੋਂ ਪਹਿਲਾਂ ਸਾਨੂੰ ਕਥਨ ਪੜ੍ਹਨੇ ਪੈਣਗੇ ਫੇਰੀ ਦੱਸਾਂਗੇ ਪਹਿਲੇ ਛੇ ਗੁਰੂਆਂ ਦੇ ਸਮਕਾਲੀਨ ਸੀ ਹਾਂਜੀ ਬਿਲਕੁਲ ਰਾਈਟ ਆ ਤੇ ਆਦ ਗ੍ਰੰਥ ਸਾਹਿਬ ਦੇ ਰਚੇਤਾ ਸੀ ਇਹ ਰੋਂਗ ਆ ਤੇ ਛੇਰੇ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸੀ ਹਾਂਜੀ ਇਹ ਵੀ ਬਿਲਕੁਲ ਰਾਈਟ ਆ ਛੇਰੇ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸੀ ਬਾਬਾ ਬੁੱਢਾ ਜੀ ਅਤੇ ਪਹਿਲੇ ਛੇ ਗੁਰੂਆਂ ਦੇ ਸਮਕਾਲੀਨ ਵੀ ਬਾਬਾ ਬੁੱਢਾ ਜੀ ਹੀ ਸੀ ਯਾਨੀ ਕਿ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਂਸਰ ਏ ਅਤੇ ਬੀ ਦੋਵੇਂ ਆਦ ਗ੍ਰੰਥ ਸਾਹਿਬ ਦੇ ਰਚੇਤਾ ਭਾਈ ਗੁਰਦਾਸ ਜੀ ਸੀ ਠੀਕ ਹੈ ਆਦ ਗ੍ਰੰਥ ਸਾਹਿਬ ਦੀ ਜਿਹੜੀ ਰਚਨਾ ਵੈਸੇ ਉਸ ਦੀ ਵੈਸੇ ਆਦ ਗ੍ਰੰਥ ਸਾਹਿਬ ਦਾ ਸੰਕਲਪ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀਗਾ ਪਰ ਆਦ ਗ੍ਰੰਥ ਸਾਹਿਬ ਜੀ ਦੀ ਰਚਨਾ ਜਾਂ ਫਿਰ ਲਿਖਿਆ ਕਿਸ ਨੇ ਸੀਗਾ ਭਾਈ ਗੁਰਦਾਸ ਜੀ ਨੇ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਰਚੇਤਾ ਇਸ ਕਰਕੇ ਆਦ ਗ੍ਰੰਥ ਸਾਹਿਬ ਜੀ ਦਾ ਰਚੇਤਾ ਭਾਈ ਗੁਰਦਾਸ ਜੀ ਨੂੰ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਪੰਜਾਬ ਦੇ ਕੁੱਲ ਕਿੰਨੇ ਭੂਗੋਲਿਕ ਖੇਤਰ ਹਨ ਹਾਂਜੀ ਪੰਜਾਬ ਦੇ ਕੁੱਲ ਕਿੰਨੇ ਭੂਗੋਲਿਕ ਖੇਤਰ ਹਨ 3 ਕਿਹੜੇ-ਕਿਹੜੇ ਆ ਹਾਂਜੀ ਪੰਜਾਬ ਦੇ ਕੁੱਲ ਤਿੰਨ ਪੰਗੋਲਿਕ ਖੇਤਰ ਆ ਮਾਝਾ ਦੁਆਬਾ ਅਤੇ ਮਾਲਵਾ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਪੁੱਛਿਆ ਜਾਵੇ ਕਿ ਪੰਜਾਬ ਦਾ ਸਭ ਤੋਂ ਵੱਡਾ ਪੰਗੋਲਿਕ ਖੇਤਰ ਕਿਹੜਾ ਹੈ ਤਾਂ ਪੰਜਾਬ ਦਾ ਸਭ ਤੋਂ ਵੱਡਾ ਪੰਗੋਲਿਕ ਖੇਤਰ ਮਾਲਵਾ ਵਾ ਕਿਉਂਕਿ ਮਾਲਵਾ ਖੇਤਰ ਦੇ ਵਿੱਚ 15 ਜ਼ਿਲ੍ਹੇ ਆਉਂਦੇ ਆ ਮਾਝਾ ਅਤੇ ਮਾਲਵਾ ਦੇ ਵਿੱਚ 4 ਜ਼ਿਲ੍ਹੇ ਆਉਂਦੇ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕੈਮਾ ਬਨਸਪਤੀ ਬਾਗ ਕਿੱਥੇ ਹੈ ਹਾਂਜੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਨਵੇਂ ਬਣੇ ਜ਼ਿਲ੍ਹੇ ਆ ਉਹ ਵੀ ਮਾਲਵਾ ਦੇ ਵਿੱਚ ਹੀ ਐਡ ਕੀਤੇ ਗਏ ਆ ਤੇ ਨੈਕਸਟ ਕੁਐਸ਼ਨ ਆ ਕੈਮਾ ਵਨਸਪਤੀ ਬਾਗ ਕਿੱਥੇ ਹੈ ਹਾਂਜੀ ਕੈਮਾ ਕੈਮਾ ਵਨਸਪਤੀ ਬਾਗ ਅਤੇ ਰੇਲ ਕੋਚ ਫੈਕਟਰੀ ਇੱਕ ਪੂਰਥਲਾ ਦੇ ਵਿੱਚ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਹੈਗਾ ਵਾ ਬਾਰਾਦਰੀ ਗਾਰਡਨ ਤੇ ਆਮ ਖਾਸ ਬਾਗ ਹੈਗਾ ਸਰਹੰਦ ਦੇ ਵਿੱਚ ਰਾਮਬਾਦ ਅੰਮ੍ਰਿਤਸਰ ਦੇ ਵਿੱਚ ਆ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟ ਵਰਸ਼ਨ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਕਿਹੜਾ ਹੈ ਹਾਂਜੀ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਪਾਖੜਾ ਡੈਮ ਆ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਇਹ ਸਤਲੁਜ ਦਰਿਆ ਤੇ ਬਣਿਆ ਹੋਇਆ ਵਾ ਪਾਖੜਾ ਡੈਮ ਕਿੱਥੇ ਬਣਿਆ ਹੋਇਆ ਸਤਲੁਜ ਦਰਿਆ ਦੇ ਉੱਤੇ ਬਣਿਆ ਗਿਆ ਉਹ ਬਣਿਆ ਹੋਇਆ ਹੈ ਤੇ ਇਸ ਨੂੰ ਕਦੋਂ ਬਣਾਇਆ ਗਿਆ ਸੀ 1948 ਦੇ ਵਿੱਚ ਬਣਾਇਆ ਗਿਆ ਸੀ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਪੰਜਾਬ ਦੀ ਰੀਡ ਦੀ ਹੱਡੀ ਕਿਹੜੇ ਦਰਿਆ ਨੂੰ ਕਿਹਾ ਜਾਂਦਾ ਹੈ ਤਾਂ ਪੰਜਾਬ ਦੀ ਰੀਡ ਦੀ ਹੱਡੀ ਸਤਲੁਜ ਦਰਿਆ ਨੂੰ ਕਿਹਾ ਜਾਂਦਾ ਹੈ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ ਸਤਲੁਜ ਵੀ ਤੁਸੀਂ ਯਾਦ ਰੱਖਣਾ ਤੇ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਕਿਹੜਾ ਹੈ ਰਾਵੀ ਨੈਕਸਟ ਕੁਐਸਚਨ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ ਕਿਹੜੇ ਸਨ ਵਿੱਚ ਰੱਖਿਆ ਗਿਆ ਸੀ ਹਾਂਜੀ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ ਕਿਹੜੇ ਸਨ ਵਿੱਚ ਰੱਖਿਆ ਗਿਆ ਸੀਗਾ ਇਹ ਕੁਐਸ਼ਨ ਆਪਾਂ ਵਾਚ ਕਰਦੇ ਹਾਂ ਇੱਕ ਮਿੰਟ ਇੱਕ ਇਹਦੇ ਨਾਲ ਅਸੀਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇੱਥੇ ਤੁਹਾਨੂੰ ਕੀ ਆਇਆ ਸੀ ਗ੍ਰੈਵਿਟੀ ਡੈਮ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਕਿਹੜਾ ਵਾ ਗ੍ਰੈਵਿਟੀ ਡੈਮ ਇਹ ਪਾਖੜਾ ਤੇ ਬਣਿਆ ਹੋਇਆ ਵਾ ਠੀਕ ਹੈ ਪਾਖੜਾ ਜਿਹੜਾ ਕਿ ਸਤਲੁਜ ਦਰਿਆ ਤੇ ਬਣਿਆ ਹੋਇਆ ਵਾ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਆ ਤੇ ਥੀਨ ਡੈਮ ਆ ਇੱਕ ਜਿਹੜਾ ਰਾਵੀ ਤੇ ਬਣਿਆ ਹੋਇਆ ਇਹ ਕੁਐਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਮੰਨਦਾ ਵਾ ਥੀਨ ਡੈਮ ਰਾਵੀ ਦਰਿਆ ਦੇ ਉੱਪਰ ਬਣਿਆ ਹੋਇਆ ਵਾ ਤੇ ਪਾਖੜਾ ਮਗਲ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਆ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟ ਵਰਸ਼ਨ ਉਹਨਾਂ ਅਸੀਂ ਕਰ ਰਹੇ ਸੀ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ ਕਿਹੜੇ ਸਾਲ ਵਿੱਚ ਰੱਖਿਆ ਗਿਆ ਸੀ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ 1960 ਦੇ ਵਿੱਚ ਰੱਖਿਆ ਗਿਆ ਸੀ ਆਪਸ਼ਨ ਨੰਬਰ ਏ ਇਸ ਆ ਰਾਈਟ ਆਨਸਰ ਹੁਣ ਜਿਹੜੇ ਵੀ ਇੰਪੋਰਟੈਂਟ ਕੁਐਸਚਨਸ ਅੰਡੀਗੜ੍ਹ ਦੇ ਨਾਲ ਰਿਲੇਟਡ ਬਣ ਸਕਦੇ ਆ ਤਿੰਨ ਚਾਰ ਹੈਗੇ ਆ ਮੇਨ ਉਹ ਮੈਂ ਤੁਹਾਨੂੰ ਇੱਥੇ ਹੀ ਦੱਸ ਦਿੰਨੀ ਆ ਠੀਕ ਹੈ ਨੋਟ ਕਰ ਲੈਣਾ ਤੇ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ 1960 ਦੇ ਵਿੱਚ ਰੱਖਿਆ ਗਿਆ ਸੀ ਇਹਦਾ ਨਾਮ ਚੰਡੀ ਮੰਦਿਰ ਤੋਂ ਪਿਆ ਸੀ ਚੰਡੀ ਮੰਦਰ ਤੋਂ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਕਦੋਂ ਘੋਸ਼ਿਤ ਕੀਤਾ ਗਿਆ ਸੀ ਹਾਂਜੀ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ 1966 ਈਸਵੀ ਦੇ ਵਿੱਚ ਘੋਸ਼ਿਤ ਕੀਤਾ ਗਿਆ ਸੀਗਾ ਠੀਕ ਹੈ 1960 ਦੇ ਵਿੱਚ ਨਹੀਂ ਬਦਲ ਰੱਖਿਆ ਗਿਆ 1966 ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕੀਤਾ ਗਿਆ ਔਸਮੇ ਸਾਡੇ ਪੰਜਾਬ ਦੀ ਰਾਜਧਾਨੀ ਬਣ ਗਿਆ ਸੀਗਾ ਠੀਕ ਹੈ ਕਦੋਂ ਬਣਿਆ ਸੀ ਫਿਰ 1966 ਦੇ ਵਿੱਚ ਹੀ ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕੀਤਾ ਗਿਆ ਉਦੋਂ ਹੀ ਪੰਜਾਬ ਦੀ ਰਾਜਧਾਨੀ ਬਣਿਆ ਸੀ ਤੇ ਚੰਡੀਗੜ੍ਹ ਦਾ ਹਾਰਟ ਕਿਹੜੇ ਦੇਸ਼ ਨੂੰ ਕਿਹਾ ਜਾਂਦਾ ਹੈ ਹਾਂਜੀ ਚੰਡੀਗੜ੍ਹ ਦਾ ਹਾਰਟ ਇੱਥੇ ਦੇਸ਼ ਦੇਸ਼ ਬੋਲ ਤਾਂ ਸੌਰੀ ਮੈਂ ਸੈਕਟਰ ਆਉਣਾ ਸੀ ਚੰਡੀਗੜ੍ਹ ਦਾ ਹਾਰਟ ਕਿਹੜੇ ਸੈਕਟਰ ਨੂੰ ਕਿਹਾ ਜਾਂਦਾ ਹੈ ਹਾਂਜੀ ਚੰਡੀਗੜ੍ਹ ਦਾ ਹਾਰਟ ਸੈਕਟਰ 17 ਨੂੰ ਕਿਹਾ ਜਾਂਦਾ ਵਾ ਠੀਕ ਹੈ ਸੈਕਟਰ 17 ਨੂੰ ਇਸ ਤੋਂ ਇਲਾਵਾ ਏਸ਼ੀਆ ਦਾ ਸਭ ਤੋਂ ਵੱਡਾ ਰੋਜ਼ ਗਾਰਡਨ ਕਿੱਥੇ ਹੈ ਏਸ਼ੀਆ ਦਾ ਸਭ ਤੋਂ ਵੱਡਾ ਰੋਜ਼ ਗਾਰਡਨ ਵੀ ਚੰਡੀਗੜ੍ਹ ਦੇ ਵਿੱਚ ਆ ਰੌਕ ਗਾਰਡਨ ਵੀ ਚੰਡੀਗੜ੍ਹ ਦੇ ਵਿੱਚ ਆ ਸੁਖਨਾ ਲੈਕ ਵੀ ਚੰਡੀਗੜ੍ਹ ਦੇ ਵਿੱਚ ਆ ਨੈਕਸਟ ਕੁਐਸ਼ਨ ਚੰਡੀਗੜ੍ਹ ਦਾ ਪ੍ਰਬੰਧਕ ਕੌਣ ਹੁੰਦਾ ਹੈ ਹਾਂਜੀ ਚੰਡੀਗੜ੍ਹ ਦਾ ਪ੍ਰਬੰਧਕ ਕੌਣ ਆ ਚੰਡੀਗੜ੍ਹ ਦਾ ਪ੍ਰਬੰਧਕ ਪੰਜਾਬ ਦਾ ਗਵਰਨਰ ਹੀ ਹੁੰਦਾ ਹੈ ਤੇ ਐਟ ਪ੍ਰੈਸੈਂਟ ਪੰਜਾਬ ਦੇ ਗਵਰਨਰ ਕੌਣ ਨੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਹਾਂਜੀ ਨੈਕਸਟ ਕੁਐਸ਼ਨ ਹੈ ਜੀ ਜੁਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਹਾਂਜੀ ਜੁਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਮ ਦਿੱਤਾ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਤੇ ਮਹਾਭਾਰਤ ਦੇ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਸੀ ਇਹ ਵੀ ਕੁਐਸਚਨ ਬਹੁਤ ਜ਼ਿਆਦਾ ਚਾਂਸ ਹੁੰਦੇ ਐ ਐਗਜ਼ਾਮ ਦੇ ਵਿੱਚ ਆਉਣ ਦੇ ਇੰਪੋਰਟੈਂਟ ਹਾਂਜੀ ਮਹਾਭਾਰਤ ਵਿੱਚ ਪੰਜਾਬ ਨੂੰ ਪੰਚਨੰਦ ਦਾ ਨਾਮ ਦਿੱਤਾ ਗਿਆ ਸੀ ਜੁਨਾਨੀਆਂ ਨੇ ਦਿੱਤਾ ਪੈਂਟਾਪੋਟਾਮੀਆ ਦਾ ਮਹਾਭਾਰਤ ਦੇ ਵਿੱਚ ਪੰਚਨੰਦ ਦਾ ਨਾਮ ਦਿੱਤਾ ਗਿਆ ਸੀਗਾ ਤੇ ਇਸ ਤੋਂ ਇਲਾਵਾ ਪਰਾਚੀਨ ਪੰਜਾਬ ਦਾ ਨਾਮ ਕੀ ਸੀ ਪਰਾਚੀਨ ਪੰਜਾਬ ਦਾ ਨਾਮ ਸੀ ਸੰਪਤ ਸਿੱਧੂ ਤੇ ਹਾਂਜੀ ਇੱਕ ਕੁਐਸਚਨ ਹੋਰ ਇੰਪੋਰਟੈਂਟ ਵੰਦਾ ਵਾ ਕਿ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਦਾ ਨਾਮ ਕੀ ਸੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਦਾ ਨਾਮ ਲਾਹੌਰ ਸੂਬਾ ਸੀ ਨੈਕਸਟ ਕੁਐਸਚਨ ਪਾਣੀਪਤ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ ਹਾਂਜੀ ਪਾਣੀਪਤ ਦਾ ਪਹਿਲਾ ਯੁੱਧ 1526 ਈਸਵੀ ਨੂੰ ਹੋਇਆ ਸੀ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਇਸ ਦੇ ਵਿੱਚ ਬਾਬਰ ਦੀ ਜਿੱਤ ਹੋਈ ਸੀ ਇਬਰਾਹਿਮ ਲੋਦੀ ਮਾਰਿਆ ਗਿਆ ਸੀ ਠੀਕ ਹੈ ਨੈਕਸਟ ਕੁਐਸ਼ਨ ਪੰਜਾਬ ਨੂੰ ਕੁੱਲ ਕਿੰਨੇ ਮੰਡਲਾਂ ਵਿੱਚ ਵੰਡਿਆ ਗਿਆ ਹੈ ਹਾਂਜੀ ਪੰਜਾਬ ਨੂੰ ਕੁੱਲ ਕਿੰਨੇ ਮੰਡਲਾਂ ਦੇ ਵਿੱਚ ਵੰਡਿਆ ਹੋਇਆ ਹੈ ਹਾਂਜੀ ਪੰਜਾਬ ਨੂੰ ਕੁੱਲ ਪੰਜ ਮੰਡਲਾਂ ਦੇ ਵਿੱਚ ਵੰਡਿਆ ਹੋਇਆ ਪੰਜ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਨੇ ਹਾਂਜੀ ਪੰਜਾਬ ਨੂੰ ਕੁੱਲ ਪੰਜ ਮੰਡਲਾਂ ਦੇ ਵਿੱਚ ਵੰਡਿਆ ਗਿਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਕਿਹੜੇ-ਕਿਹੜੇ ਮੰਡਲ ਆਉਂੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਇਹ ਮੇਨ ਬੰਦਾ ਵਾ ਕਿ ਪੰਜਾਬ ਦੀਆਂ ਪੰਜ ਡਿਵੀਜ਼ਨਾਂ ਸੀਗੀਆਂ ਸਭ ਤੋਂ ਵੱਡਾ ਮੰਡਲ ਕਿਹਨੂੰ ਕਹੇ ਜਾਂਦਾ ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਆ ਜਲੰਧਰ ਆ ਠੀਕ ਹੈ ਤੇ ਸਭ ਤੋਂ ਛੋਟੀ ਡਿਵੀਜ਼ਨ ਕਿਹੜੀ ਆ ਰੋਪੜ ਆ ਤੇ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਪੰਜਾਬ ਦੀ ਸਭ ਤੋਂ ਨਿਮਨਤਮ ਡਿਵੀਜ਼ਨ ਕਿਹੜੀ ਆ ਜਾਂ ਨਿਮਨਤਮ ਮੰਡਲ ਰੋਪੜਾ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਵਾਰਸ਼ਾਂ ਪੰਜਾਬ ਦੇ ਐਡਵੋਕੇਟ ਜਨਰਲ ਕੌਣ ਹਨ ਹਾਂਜੀ ਪੰਜਾਬ ਦੇ ਐਡਵੋਕੇਟ ਜਨਰਲ ਆ ਹਾਂਜੀ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਏ ਪੀ ਐਸ ਦਿਓਲ ਸੀ ਇਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਇਹਨਾਂ ਨੇ ਪੰਜਾਬ ਦੇ ਐਡਵੋਕੇਟ ਜਨਰਲ ਸੀਗੇ ਏ ਪੀ ਐਸ ਦਿਓਲ ਇਹਨਾਂ ਨੇ ਅਸਤੀਫਾ ਦਿੱਤਾ ਇਹ ਉਸ ਟਾਈਮ ਐਡਵੋਕੇਟ ਜਨਰਲ ਸੀ ਜਦੋਂ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਜਦੋਂ ਅਸਤੀਫਾ ਦੇ ਚੁੱਕੇ ਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਨਵੇਂ ਚੀਫ ਮਿਨਿਸਟਰ ਬਣੇ ਚਾਰਨਜੀਤ ਸਿੰਘ ਚੰਨੀ ਅਤੇ ਹੁਣ ਐਡਵੋਕੇਟ ਜਨਰਲ ਨੇ ਵੀ ਅਸਤੀਫਾ ਦੇ ਦਿੱਤਾ ਕਿਹੜੇ ਸੀਗੇ ਐਡਵੋਕੇਟ ਜਨਰਲ ਏ ਪੀ ਐਸ ਦੇਵਾਲ ਇਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਤੇ ਹੁਣ ਨਵੇਂ ਬਣੇ ਐਡਵੋਕੇਟ ਜਨਰਲ ਕੌਣ ਨੇ ਡੀ ਐਸ ਪਟਵਾਲੀਆ ਹਾਂਜੀ ਨੈਕਸਟ ਵਰਸ਼ਨ ਪੰਜਾਬ ਵਿੱਚ ਕੁੱਲ ਕਿੰਨੇ ਨਗਰ ਨਿਗਮ ਹਨ ਹਾਂਜੀ ਪੰਜਾਬ ਦੇ ਵਿੱਚ ਕੁੱਲ ਕਿੰਨੇ ਨਗਰ ਨਿਗਮ ਹਨ ਹਾਂਜੀ ਪੰਜਾਬ ਦੇ ਵਿੱਚ ਕੁੱਲ 13 ਨਗਰ ਨਗਰ ਨਿਗਮ ਹਨ ਠੀਕ ਹੈ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ 13 13 ਨਗਰ ਨਿਗਮ ਆ ਪੰਜਾਬ ਦੇ ਇਹ ਤੁਸੀਂ ਯਾਦ ਰੱਖਣਾ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਆ 117 ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਆ ਉਹ ਵੀ 13 ਆ ਠੀਕ ਹੈ ਪੰਜਾਬ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਆ 7 ਆ ਤੇ ਪੰਜਾਬ ਦੇ ਜ਼ਿਲ੍ਹੇ ਕਿੰਨੇ ਆ 23 ਪੰਜਾਬ ਦੇ ਕੁੱਲ ਜ਼ਿਲ੍ਹੇ ਕਿੰਨੇ ਆ 23 ਆ ਠੀਕ ਹੈ ਇੱਕ ਨਵਾਂ ਜ਼ਿਲ੍ਹਾ ਬਣਿਆ ਵਾ ਲੇਅਰ ਕੋਟਲਾ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਦੋਂ ਬਣਿਆ 14 ਮਈ 2021 ਨੂੰ Eid ਵਾਲੇ ਦਿਨ ਬਣਾਇਆ ਗਿਆ ਵਾ ਸੰਗਰੂਰ ਜ਼ਿਲ੍ਹੇ ਤੋਂ ਅਲੱਗ ਕਰਕੇ ਹਾਂਜੀ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ ਪੰਜਾਬ ਦਾ ਟੋਟਲ ਖੇਤਰਫਲ ਆ 50362 ਕਿਲੋਮੀਟਰ ਵਰਗ ਕਿਲੋਮੀਟਰ ਠੀਕ ਹੈ ਤੇ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਬਾਜ ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ਟਾਲੀ ਪੰਜਾਬ ਦੀ ਰਾਜ ਖੇਡ ਕਿਹੜੀ ਆ ਕਵੱਡੀ ਪੰਜਾਬ ਦਾ ਰਾਜ ਜਾਨਵਰ ਕਿਹੜਾ ਵਾ ਕਾਲਾ ਹਿਰਨ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਪੰਜਾਬ ਦੀ ਕਿਹੜੀ ਤਹਿਸੀਲ ਵਿੱਚ ਸਹਿਰੀ ਆਬਾਦੀ ਨਹੀਂ ਹੈ ਹਾਂਜੀ ਪੰਜਾਬ ਦੀ ਕਿਹੜੀ ਤਹਿਸੀਲ ਹੈ ਜਿਹਦੇ ਵਿੱਚ ਸਹਿਰੀ ਆਬਾਦੀ ਨਹੀਂ ਗਈ ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਖੰਡੂਰ ਸਾਹਿਬ ਠੀਕ ਹੈ ਖੰਡੂਰ ਸਾਹਿਬ ਦੇ ਵਿੱਚ ਸਹਿਰੀ ਆਬਾਦੀ ਨਹੀਂ ਗਈ ਤਹਿਸੀਲ ਦੇ ਵਿੱਚ ਨੈਕਸਟ ਕੁਐਸ਼ਨ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ ਹਾਂਜੀ ਹਾਂਜੀ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੇਡਾਂ ਦਾ ਸਮਾਨ ਬਣਦਾ ਵਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਜਲੰਧਰ ਦੇ ਵਿੱਚ ਤੇ ਪੰਜਾਬ ਦੀ ਸਪੋਰਟਸ ਸਿਟੀ ਕਿਸ ਨੂੰ ਕਿਹਾ ਜਾਂਦਾ ਹੈ ਜਲੰਧਰ ਨੂੰ ਕਿਹਾ ਜਾਂਦਾ ਹੈ ਠੀਕ ਹੈ ਇੱਥੇ ਹੁਣ ਲੁਧਿਆਣਾ ਦੇਖੋ ਲੁਧਿਆਣਾ ਇਸ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਤੇ ਇੱਕ ਲਿਖਿਆ ਹੋਇਆ ਅਬੋਹਰ ਅਬੋਹਰ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ ਕੈਲੀਫੋਰਨੀਆ ਆਫ ਪੰਜਾਬ ਅਬੋਹਰ ਨੂੰ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਜੇ ਆਪਾਂ ਗੱਲ ਕਰੀਏ ਬੋਹਰ ਦੀ ਤਾਂ ਇਸ ਨੂੰ ਕੈਲੀਫੋਰਨੀਆ ਕਿਉਂ ਕਿਹਾ ਜਾਂਦਾ ਵਾ ਕਿਉਂਕਿ ਇੱਥੇ ਕੀਨੂ ਦੀ ਖੇਤੀ ਬਹੁਤ ਹੁੰਦੀ ਆ ਕੀਨੂ ਦੀ ਖੇਤੀ ਦੀ ਕਾਸ਼ਤ ਬਹੁਤ ਹੁੰਦੀ ਹੈ ਇਸ ਕਰਕੇ ਇਸ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਵਾ ਠੀਕ ਹੈ ਤੇ ਪੰਜਾਬ ਦੀ ਰਾਜਧਾਨੀ ਧਾਰਮਿਕ ਰਾਜਧਾਨੀ ਠੀਕ ਹੈ ਇਸ ਪਹਿਲਾਂ ਅਸੀਂ ਗੱਲ ਕੀਤੀ ਸੀ ਆਰਥਿਕ ਰਾਜਧਾਨੀ ਦੀ ਪੰਜਾਬ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਵਾ ਪੰਜਾਬ ਦੀ ਉਦਯੋਗੀ ਉਦਯੋਗਿਕ ਸਿਟੀ ਜਾਫਿਰ ਆਰਥਿਕ ਸਿਟੀ ਲੁਧਿਆਣੇ ਨੂੰ ਕਿਹਾ ਜਾਂਦਾ ਹੈ ਪੰਜਾਬ ਦੀ ਸਟੀਲ ਸਿਟੀ ਮੰਡੇ ਗੋਬਿੰਦਗੜ੍ਹ ਨੂੰ ਕਿਹਾ ਜਾਂਦਾ ਹੈ ਪੰਜਾਬ ਦੀ ਫਰਨੀਚਰ ਸਿਟੀ ਕਰਤਾਰਪੁਰ ਨੂੰ ਕਿਹਾ ਜਾਂਦਾ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਪੰਜਾਬ ਵਿੱਚ ਸਭ ਤੋਂ ਪਹਿਲੀ ਰੇਲਵੇ ਲਾਈਨ ਕਿਹੜੀ ਬਣੀ ਸੀ ਹਾਂਜੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਰੇਲਵੇ ਲਾਈਨ ਬਣੀ ਸੀ ਉਹ ਮੁਲਤਾਨ ਤੋਂ ਲਾਹੌਰ ਤੱਕ ਜ ਬਣੀ ਸੀ ਠੀਕ ਹੈ ਤੇ ਇਹਦੀ ਸਥਾਪਨਾ ਕਦੋਂ ਕੀਤੀ ਗਈ ਸੀ 8 ਫਰਵਰੀ ਇਹ ਤੁਸੀਂ ਯਾਦ ਰੱਖਣਾ 8 ਫਰਵਰੀ 1859 ਦੇ ਵਿੱਚ ਹਾਂਜੀ ਨੈਕਸਟ ਵਰਸ਼ਨ ਚਿੱਟੇ ਸੋਨੇ ਦਾ ਖੇਤਰ ਅਖਵਾਉਂਦਾ ਹੈ ਚਿੱਟੇ ਸੋਨੇ ਦਾ ਖੇਤਰ ਅਖਵਾਉਂਦਾ ਹੈ ਮਾਲਵਾ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਚਿੱਟੇ ਸੋਨੇ ਦੀ ਠੀਕ ਹੈ ਭੂਮੀ ਕਿਹਨੂੰ ਕਿਹਾ ਜਾਂਦਾ ਵਾ ਮਾਨਸਾ ਨੂੰ ਕਿਹਾ ਜਾਂਦਾ ਵਾ ਤੇ ਪੰਜਾਬ ਦਾ ਖੇਤਰ ਅਖਵਾਉਂਦਾ ਵਾ ਮਾਲਵਾ ਹਾਂਜੀ ਪੰਜਾਬ ਨੂੰ ਸੌਰੀ ਚਿੱਟੇ ਸੋਨੇ ਦਾ ਖੇਤਰ ਕਿਹਾ ਜਾਂਦਾ ਵਾ ਮਾਲਵਾ ਨੂੰ ਠੀਕ ਹੈ ਤੇ ਪੰਜਾਬ ਦੀ ਇੱਕ ਰੂਪ ਪੱਟੀ ਕੁਐਸਚਨ ਆ ਜਾਂਦਾ ਕਿ ਪੰਜਾਬ ਦੀ ਰੂਪ ਪੱਟੀ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬ ਦੀ ਰੂਹ ਪੱਟੀ ਮਾਨਸਾ ਨੂੰ ਕਿਹਾ ਜਾਂਦਾ ਵਾ ਹਾਂਜੀ ਨੈਕਸਟ ਕੁਐਸ਼ਨ ਪੰਜਾਬ ਵਿੱਚ ਸਿੰਚਾਈ ਵਿਭਾਗ ਦੀ ਸਥਾਪਨਾ ਕਿਹੜੇ ਸਾਲ ਹੋਈ ਸੀ ਹਾਂਜੀ ਪੰਜਾਬ ਦੇ ਵਿੱਚ ਸਿੰਚਾਈ ਵਿਭਾਗ ਦੀ ਸਥਾਪਨਾ 1849 ਈਸਵੀ ਦੇ ਵਿੱਚ ਹੋਈ ਸੀ ਆਪਸ਼ਨ ਨੰਬਰ A ਇਸ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਪੁਲਿਸ ਦਾ ਗਠਨ ਕਦੋਂ ਕੀਤਾ ਗਿਆ ਸੀ? ਹਾਂਜੀ ਪੰਜਾਬ ਪੁਲਿਸ ਦਾ ਗਠਨ 1861 ਦੇ ਵਿੱਚ ਹੋਇਆ ਸੀ। ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਕਿ ਪੰਜਾਬ ਪੁਲਿਸ ਦਾ ਹੈੱਡ ਕੁਆਰਟਰ ਕਿੱਥੇ ਆ? ਚੰਡੀਗੜ੍ਹ ਦੇ ਵਿੱਚ ਆ। ਨੈਕਸਟ ਕੁਐਸਚਨ ਪੰਜਾਬ ਪੁਲਿਸ ਵਿੱਚ ਸਭ ਤੋਂ ਵੱਡੀ ਪੋਸਟ ਕਿਹੜੀ ਆ? ਹਾਂਜੀ ਪੰਜਾਬ ਪੁਲਿਸ ਦੇ ਵਿੱਚ ਸਭ ਤੋਂ ਵੱਡੀ ਪੋਸਟ ਆ ਜਿਹੜੀ ਉਹ ਕੀਦੀ ਹੁੰਦੀ ਆ? ਡੀਜੀਪੀ ਦੀ ਹੁੰਦੀ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਠੀਕ ਹੈ। ਤੇ ਹਾਂਜੀ ਨੈਕਸਟ ਕੁਐਸ਼ਨ ਕਰਦੇ ਹਾਂ ਅਸੀਂ ਪੰਜਾਬ ਪੁਲਿਸ ਦਾ ਮੋਂਟੋ ਕੀ ਆ ਹਾਂਜੀ ਤੁਹਾਨੂੰ ਜ਼ਿਆਦਾਤਰ ਕੁਐਸ਼ਨ ਇਸ ਐਗਜ਼ਾਮ ਦੇ ਵਿੱਚ ਪੁੱਛਿਆ ਲਿਆ ਜਾਂਦਾ ਕਿ ਪੰਜਾਬ ਪੁਲਿਸ ਦਾ ਮੋਟੋ ਕੀ ਆ ਜਿਹੜੇ ਵੀ ਸਟੂਡੈਂਟ ਪੀਪੀਐਸਸੀ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਹਨਾਂ ਦੇ ਲਈ ਇਹ ਕੁਐਸ਼ਨ ਇੰਪੋਰਟੈਂਟ ਬਣ ਸਕਦਾ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਆਪਸ਼ਨ ਨੰਬਰ ਬੀ ਸ਼ੁਭ ਕਰਮਨ ਤੇ ਕਭੂ ਨਾ ਟਰੋ ਠੀਕ ਹੈ ਜੀ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੀ ਹਾਂ ਕਿ ਇੱਕ ਮੇਰਾ ਦੂਸਰਾ ਚੈਨਲ ਹੈ ਜਿਹਦਾ ਨਾਮ ਹੈ ਹਾਈ ਲੈਵਲ ਸਟੱਡੀ ਵਿਦ ਸੁਮਨ ਹਾਈ ਲੈਵਲ ਸਟੱਡੀ ਵਿਦ ਸੁਮਨ ਜਦੋਂ ਤੁਸੀਂ YouTube ਉੱਪਰ ਸਰਚ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਚੈਨਲ ਹੈ ਪਲੀਜ਼ ਉਸ ਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਤੇ ਔਨ ਕਰ ਲੈਣਾ ਹੈ ਅਤੇ ਅੱਗੇ ਦੀ ਅੱਗੇ ਸ਼ੇਅਰ ਕਰ ਦੇਣਾ ਹੈ ਜਿੰਨਾ ਵੀ ਹੋ ਸਕੇ ਧੰਨਵਾਦ ਜੀ